ਅਸੀਂ ਪਹੁੰਚੇ ਹਾਂ ਜੀ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈਗਾ ਤੇ ਲਾਇਪੁਰ ਖਾਲਸਾ ਕਾਲਜ ਵੀ ਇਹਦੇ ਬਿਲਕੁਲ ਨੇੜੇ ਆ ਬਾਕੀ ਲੋਕੇਸ਼ਨ ਜਿਹੜੀ ਮੈਂ ਨੀਚੇ ਡਿਸਕ੍ਰਿਪਸ਼ਨ 'ਚ ਪਾ ਜਾਵਾਂਗਾ ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਜੀ ਦੀ ਬੈਸਟ ਵੈਸਟਰਨ ਸਮਰਲੀ ਹੋਟਲ ਵਿੱਚ ਜੋ ਕਿ ਜਲੰਧਰ ਦਾ ਇੱਕ ਮੰਨਿਆ ਪਰਮੰਨਿਆ ਹੋਟਲ ਹੈਗਾ ਔਰ ਇੱਥੇ ਅਸੀਂ ਇੱਕ ਖਾਸ ਵਿਅਕਤੀ ਨੂੰ ਮਿਲਣ ਆਏ ਹਾਂ ਜੋ ਕਿ ਤੁਸੀਂ ਮੇਰੀ ਵੀਡੀਓ ਵਿੱਚ ਕਈ ਵਾਰ ਦੇਖਿਆ ਹੋਊਗਾ ਭਾਅ ਜੀ ਨੂੰ ਬਟ ਅੱਜ ਫਿਰ ਦੁਬਾਰਾ ਤੁਹਾਨੂੰ ਮਿਲਾਉਂਦੇ ਹਾਂ ਤੇ ਉਹਨਾਂ ਨੂੰ ਪੁੱਛਾਂਗੇ ਇਸ ਹੋਟਲ ਦੀ ਕੀ ਖਾਸੀਅਤ ਹੈ ਕੀ ਕਿਉਂਕਿ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਇੱਥੇ ਤੇ ਆਓ ਅੰਦਰ ਚੱਲਦੇ ਹਾਂ ਫਿਰ ਗੱਲਬਾਤ ਕਰਦੇ ਭਾਅ ਜੀ ਦੇ ਨਾਲ ਸੋ ਜਿਵੇਂ ਕਿ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਜੋ ਐਂਬੀਅੰਸ ਹੈਗੀ ਨਾ ਹੋਟਲ ਦੀ ਬਹੁਤ ਹੀ ਲਾਜਵਾਬ ਬਾਕੀ ਜਿਹੜਾ ਨਾ ਭਾਅ ਜੀ ਆ ਰਹੇ ਨੇ ਅਤੇ ਅਸੀਂ ਵੇਟ ਕਰਦੇ ਪਏ ਭਾਅ ਜੀ ਦੀ ਸੋ ਸਾਹਮਣੇ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਬਾਰ ਲਾਊਂਜ ਹੈਗਾ ਚੈੱਕ ਕਰ ਸਕਦੇ ਹੋ ਅੰਦਰਲਾ ਮੈਂ ਤੁਹਾਨੂੰ ਇੰਟੀਰੀਅਰ ਦਿਖਾ ਦਿੰਦਾ ਆਹ ਦੇਖੋ ਜੀ ਡਿਜ਼ਾਇਨਿੰਗ ਕੀਤੀ ਹੋਈ ਹੈ ਬਹੁਤ ਹੀ ਲਾਜਵਾਬ ਸੋ ਇੱਥੇ ਮੋਕਟੇਲਸ ਐਂਡ ਕੋਕਟੇਲਸ ਵਗੈਰਾ ਆਲਰੇਡੀ ਮਿਲ ਰਹੀ ਹੈ ਅਤੇ ਸੋ ਮਲਟੀ ਕੁਜ਼ੀਨ ਰੈਸਟੋਰੈਂਟ ਹੈਗਾ ਜੀ ਆਹ ਦੇਖੋ ਜੀ ਅਤੇ ਅੰਦਰ ਚੱਲਦੇ ਹਾਂ ਜੀ ਆਹ ਦੇਖੋ ਜੀ ਕਿਆ ਬਾਤ ਹੈ ਜੀ ਲੋ ਭਾਅ ਜੀ ਆ ਚੁੱਕੇ ਆ ਤੁਹਾਨੂੰ ਭਾਅ ਜੀ ਦੇ ਨਾਲ ਵੀ ਮਿਲਾਉਣਾ ਅਤੇ ਆਹ ਦੇਖੋ ਜੀ ਐਂਟਰੀ ਭਾਅ ਜੀ ਆ ਜਾਓ ਫਿਰ ਕਿਹਦੀ ਵੇਟ ਕਰਦੇ ਪਏ ਹੋ ਬਸ ਵਧੀਆ ਮੈਂ ਕਿਹਾ ਤੁਹਾਡੀ ਵੇਟ ਕਰਦੇ ਪਏ ਹਾਂ ਸੋ ਇੱਧਰ ਆ ਜਾਈਏ ਤੁਹਾਨੂੰ ਮਿਲਾਉਂਦੇ ਭਾਅ ਜੀ ਦੇ ਨਾਲ ਵੀ ਸੋ ਆਪਣੇ ਨਵੀਨ ਭਾਅ ਜੀ ਹੈਗੇ ਆ ਅਤੇ ਨਾਲ ਅਮਨ ਭਾਅ ਜੀ ਹੈਗੇ ਆ ਜੋ ਲਾਸਟ ਟਾਈਮ ਵੀ ਤੁਸੀਂ ਮੇਰੀ ਵੀਡੀਓ ਵਿੱਚ ਦੇਖੇ ਹੋਣੇ ਅਤੇ ਇਹ ਅੱਜ ਭਾਅ ਜੀ ਮਨੀਸ਼ ਭਾਅ ਜੀ ਕਿਆ ਬਹੁਤ ਹੀ ਐਂਥੂਜ਼ੀਆਸਟਿਕ ਫੂਡੀ ਨੇ ਟਰੈਵਲਰ ਸੋਲ ਇਹਨਾਂ ਦੀ ਵੀ ਖਾਣ ਪੀਣ ਦੇ ਵਿੱਚ ਅਤੇ ਘੁੰਮਣ ਫਿਰਨ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਕਿ ਇਹਨਾਂ ਦੀ ਰੁਝਾਨ ਉਸ ਵੇਲੇ ਉਸ ਵੱਲ ਹੈ ਅਤੇ ਅੱਜ ਇਹ ਸਾਡੇ ਨਾਲ ਨੇ ਓਕੇ ਰਿਵਿਊ ਦੇ ਵਿੱਚ ਸ਼ਾਮਿਲ ਹੋਣਗੇ ਚਲੋ ਆਓ ਅੰਦਰ ਚੱਲਦੇ ਹਾਂ ਦੋਸਤੋ ਸਾਡਾ ਔਡਰ ਆ ਚੁੱਕਾ ਹੈ ਇੱਥੇ ਹੈਗਾ ਸਾਡਾ ਪਨੀਰ ਅਕਬਰੀ ਆਹ ਦੇਖੋ ਜੀ ਪ੍ਰੈਜੈਂਟੇਸ਼ਨ ਦੇਖੋ ਜੀ ਅਤੇ ਮਤਲਬ ਕਿਆ ਹੀ ਬਾਤ ਹੈ ਜੀ ਬਾਕੀ ਜਿਹੜੇ ਰੇਟ ਹੈਗੇ ਉਹ ਮੈਂ ਨੀਚੇ ਡਿਸਕ੍ਰਿਪਸ਼ਨ 'ਚ ਲਿਖ ਦਾਂਗਾ ਸਾਈਟ 'ਤੇ ਇੱਥੇ ਲਿਖੇ ਆਊਗੇ ਅਤੇ ਇੱਧਰ ਹੈਗਾ ਜੀ ਅਬਦੀ ਕੋਕਟੇਲ ਕਬਾਬ ਆਹ ਚੈੱਕ ਕਰੋ ਜੀ ਪ੍ਰੈਜੈਂਟੇਸ਼ਨ ਵਾਈਜ਼ ਤਾਂ ਲਾਜਵਾਬ ਦਿਖ ਰਿਹਾ ਐਂਡ ਭਾਅ ਜੀ ਆਹ ਦੱਸੋ ਜੀ ਤੁਹਾਡੀ ਸਪੈਸ਼ਲ ਤੁਸੀਂ ਜਿਹੜੀ ਚੀਜ਼ ਮੰਗਵਾਈ ਹੈ ਜੀ ਸਾਡੇ ਵਿਊਅਰਸ ਨੂੰ ਦੱਸ ਦਈਏ ਕਿ ਅੱਜ ਨੌਨ ਵੈਜੀਟੇਰੀਅਨ ਦੇ ਵਿੱਚ ਕਿਉਂਕਿ ਇਹ ਵੈਜ ਖਾਂਦੇ ਨੇ ਮੈਂ ਨੌਨ ਵੈਜ ਵੀ ਖਾ ਲੈਣਾ ਅਤੇ ਇਹ ਫਿਸ਼ ਟਿੱਕਾ ਹੈ ਜੀ ਫਿਸ਼ ਟਿੱਕਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਮੈਰੀਨੇਸ਼ਨ ਬਹੁਤ ਵਧੀਆ ਹੈ ਅਤੇ ਇਹਦੀ ਇੱਕ ਅਰੋਮਾ ਬਹੁਤ ਵਧੀਆ ਆ ਰਹੀ ਜਿਹੜੀ ਕਿ ਜਿਹੜੀ ਹੁੰਦੀ ਨਾ ਸਮੋਕੀ ਸਮੋਕੀ ਫਲੇਵਰ ਹਾਂ ਉਹ ਫਲੇਵਰ ਤਾਂ ਖਾ ਕੇ ਪਤਾ ਲੱਗੇਗਾ ਬਟ ਅਰੋਮਾ ਜਿਹੜੀ ਹੈ ਬਹੁਤ ਵਧੀਆ ਆ ਰਹੀ ਹੈ ਅਰੋਮਾ ਵਧੀਆ ਹੈ ਅਤੇ ਟੇਸਟ ਵੀ ਵਧੀਆ ਟੇਸਟ ਵਧੀਆ ਅਤੇ ਉਹ ਜੀ ਇਹ ਹੈ ਜੀ ਅੰਗਾਰਵੇਦੀ ਚਿਕਨ ਅੰਗਾਰਵੇਦੀ ਅਤੇ ਚੀਜ਼ ਕੋਟੇਜ ਇਹਦੇ ਵਿੱਚ ਮੈਨੂੰ ਕਹਿੰਦਾ ਇਹਦੇ ਵਿੱਚ ਜਿਹੜੀ ਮੋਜ਼ਰੇਲਾ ਚੀਜ਼ ਮੋਜ਼ਰੇਲਾ ਚੀਜ਼ ਜਿਹੜੀ ਹੈ ਉਹ ਜਿਹੜੀ ਮੈਲਟ ਕਰਕੇ ਜਿਹੜੀ ਤੰਦੂਰ ਦੇ ਵਿੱਚ ਉਹ ਇਹਦੇ ਵਿੱਚ ਬਲੈਂਡ ਕੀਤੀ ਗਈ ਹੈ ਬਹੁਤ ਵਧੀਆ ਦੇਖਣ ਦੇ ਵਿੱਚ ਲੱਗ ਰਹੀ ਹੈ ਅਤੇ ਆਈ ਹੋਪ ਮੈਨੂੰ ਪੱਕਾ ਯਕੀਨ ਹੈ ਕਿ ਖਾਣ ਦੇ ਵਿੱਚ ਵੀ ਬਹੁਤ ਵਧੀਆ ਹੋਏਗੀ ਵਧੀਆ ਹੋਏਗੀ ਤੁਸੀਂ ਜਿਹੜਾ ਅਬਦੀ ਕੋਕਟੇਲ ਕਬਾਬ ਮੰਗਵਾਇਆ ਇਹਦੇ ਵਿੱਚ ਪਨੀਰ ਦੀ ਸਟਫਿੰਗ ਵੀ ਹੈ ਪਨੀਰ ਦੀ ਸਟਫਿੰਗ ਹੈ ਇਹਦੇ ਵਿੱਚ ਡਰਾਈ ਫਰੂਟਸ ਜਿਹੜੇ ਨੇ ਉਹ ਯੂਜ਼ ਕੀਤੇ ਗਏ ਨੇ ਤੇ ਜਿਹੜਾ ਉੱਤੇ ਸੌਸ ਹੈ ਬੀਟਰੂਟ ਦੀ ਓਕੇ ਤੇ ਆਪਾਂ ਹੁਣ ਖਾ ਕੇ ਦੱਸਦੇ ਹਾਂ ਆਪਣੇ ਦੋਸਤਾਂ ਨੂੰ ਹਾਂਜੀ ਕਿਆ ਬਾਤ ਹੈ ਜੀ ਭਾਅ ਜੀ ਬਾਈਟ ਲੈਂਦੇ ਸਾਰੀ ਨਾ ਇਹਦੇ ਵਿੱਚ ਜਿੱਦਾਂ ਉਹ ਨਹੀਂ ਹੁੰਦਾ ਸੌਂਫ ਦਾ ਜੋ ਫਲੇਵਰ ਹੈਗਾ ਤੇ ਨਾਲ ਪਲੱਸ ਡਰਾਈ ਫਰੂਟ ਦਾ ਜੋ ਕਰੰਚ ਆ ਉਹ ਆ ਰਿਹਾ ਤੇ ਪਨੀਰ ਦੀ ਸੌਂਫਨੈਸ ਤਾਂ ਲਾਜਵਾਬ ਤੇ ਭਾਅ ਜੀ ਤੁਹਾਨੂੰ ਕਿੱਦਾਂ ਲੱਗਾ ਇਹ ਜੀ ਮੈਂ ਹਲੇ ਫਿਸ਼ ਟਿੱਕਾ ਟਰਾਈ ਕੀਤਾ ਤੇ ਫਿਸ਼ ਬਹੁਤ ਹੀ ਵਧੀਆ ਕੁਆਲਿਟੀ ਦੀ ਫਿਸ਼ ਹੈ ਤੇ ਜਿਹੜੀ ਮੈਰੀਨੇਸ਼ਨ ਬਹੁਤ ਵਧੀਆ ਹੋ ਰੱਖੀ ਹੈ ਬਿਲਕੁਲ ਜਿਹੜੀ ਫਿਸ਼ ਦੀ ਹਲਕੀ ਜਿਹੀ ਕਈ ਵਾਰੀ ਅਸੀਂ ਕਹਿੰਦੇ ਨਾ ਕਿ ਥੋੜ੍ਹੀ ਜਿਹੀ ਉਹਦੀ ਆਪਣੀ ਜਿਹੜੀ ਸਮੈਲ ਹੈ ਉਹ ਬਿਲਕੁਲ ਨਹੀਂ ਉਹਦੇ ਵਿੱਚ ਸਮੋਕੀ ਫਲੇਵਰ ਪੂਰਾ ਜੂਸੀ ਬਹੁਤ ਹੀ ਟੈਂਡਰ ਫਿਸ਼ ਟੈਂਡਰ ਹੈ ਪਰ ਟੁੱਟ ਨਹੀਂ ਰਹੀ ਜਿੱਦਾਂ ਕਿ ਟੁੱਟ ਜਾਂਦੀ ਆਮ ਤੌਰ 'ਤੇ ਬਹੁਤ ਟੈਂਡਰ ਹੈ ਮੂੰਹ ਦੇ ਵਿੱਚ ਜਾ ਕੇ ਘੁਲ ਰਹੀ ਹੈ ਅਤੇ ਟੇਸਟ ਬਹੁਤ ਹੀ ਵਧੀਆ ਜਿਹੜਾ ਇਹ ਹੈ ਇਹ ਵੀ ਮੈਂ ਟਰਾਈ ਕਰਦਾ ਚਿਕਨ ਅੰਗਾਰ ਬੇਦੀ ਜੋ ਕਿ ਸਟਫ ਵੀ ਹੈ ਅਤੇ ਇਹਦੇ ਵਿੱਚ ਜਿਹੜੀ ਆਪਣੀ ਇੱਕ ਜਿਹੜੀ ਮੋਜ਼ਰੇਲਾ ਚੀਜ਼ ਜਿਹੜੀ ਹੈ ਫਿਊਜ਼ਨ ਫੂਡ ਹੈ ਕਿ ਇੰਡੀਅਨ ਤੰਦੂਰੀ ਦੇ ਵਿੱਚ ਮੋਜ਼ਰੇਲਾ ਚੀਜ਼ ਨੂੰ ਫਿਊਜ਼ ਕੀਤਾ ਗਿਆ ਉਦੋਂ ਮੇਰੇ ਖਿਆਲ ਜਲੰਧਰ 'ਚ ਇਹ ਚੀਜ਼ ਨਹੀਂ ਹਲੇ ਉੱਦਾਂ ਨੋਰਮਲ ਜਗ੍ਹਾ 'ਤੇ ਨਹੀਂ ਮਿਲਦੀ ਹੋਊਗੀ ਐਕਸਲੈਂਟ ਬਹੁਤ ਵਧੀਆ ਟੇਸਟ ਸੋ ਜਿੱਦਾਂ ਹਰਾ ਕਬਾਬ ਹੁੰਦਾ ਨਾ ਇਹ ਉਹਦੇ ਨਾਲ ਉੱਪਰ ਲੈਵਲ ਵਿੱਚ ਹੈ ਕਿਉਂਕਿ ਇਹਦੇ ਵਿੱਚ ਨਾ ਮਤਲਬ ਵੈਜੀਟੇਬਲ ਦਾ ਕਰੰਚ ਨਾਲ ਪਲੱਸ ਜੋ ਇਹਦੇ ਵਿੱਚ ਨਾ ਉੱਪਰ ਇਹਨਾਂ ਨੇ ਬ੍ਰੈਡ ਕਰੰਮ ਲਗਾਈ ਹੋਈ ਆ
सो गार्निश भी इन्होंने बहुत चंगी तरीके दे नाल कीती हुई, प्याज दिता है, प्याज विच इन्होंने बीटरूट पाया, कलर नहीं पाया, एक खासियत है इधर ली जी। साढ़े जलंधर के जिन्हें भी होटल्स ने उन्होंने जोड़ा है होटल बेस्ट वैस्टन समरली मेरा फेवरेट जॉइंट है फूड करके, तो आई आके देख ही लिया कि जो फूड किन्ना इन्हों का नाइस है, किन्ना चंगी प्रैपरेशन है, एम्बियंस कितनी वधिया है, तो वैरायटी भी है, रेस्ट्रो बार भी है, एक इधर अपना अलग रेस्टोरेंट भी है मल्टी क्विजीन जिहदा नाम है मिलेनियम, तो लोकेशन बहुत ही वधिया है, सेंट्रली लोकेटेड है, बस स्टैंड नेड़े, रेलवे स्टेशन नेड़े, तो जो कनैक्टिविटी है सारे शहर के हर पास लोग बड़े आराम नाल इत्थे आ सकते हैं तो फूड इंजॉय कर सकते हैं। भाजी तुहानू किन्ना चिर हो गया इत्थे आंदे? जी मैं काफ़ी सालों तो आ रहा जब तो बनया मैं इत्थे रेगूलरली आ रहा, ये तुहानू जो इंडियन तंदूरी इटैलीयन कॉन्टीनेंटल चाइनीज़ हर तरह का जो खाना बहुत वधिया मिलेगा। सो इतों की गल की है जो एम्बियंस तो वधिया है, फूड भी वधिया है, नाल इतों की जो होटल रिव्यू है मतलब रूम टूर हैगा वो असी नैक्सट वीडियो करा जी बिल्कुल। दोस्तों इधर है किमची सैलड, तो इधर है दानीवाल पनीर जिद दनिया पे हुआ है, तो नाल स्पैशल इधर देखो जी दाल मखनी देसी घ्यो का तड़का लगा हुआ है, तो इधर है जी सैलड नॉर्मल चिकन कलमी लबाबदार, कलमी मतलब ये लैग पीसिस ने स्टफ्ड होंगे ने, तो जी लबाबदार ग्रेवी है ठीक है जी, तो ये जड़ा है ये है अपना मटन केसर कली, केसर का ये टेस्ट है, तो ये जरा देसी घ्यो ड्राई फ्रूट्स जोड़े ने देसी घ्यो ड्राई फ्रूट्स यूज किए जाते हैं, देखो गर्मा गर्म दाल जो कि बहुत ही लजीज लग रही है, ओए होए क्या ही बात है जी, तो ये देसी घ्यो एंड मतलब ये क्रीम वगैरह पई हुई, तो इधर है जी पनीर दानेवाल, आ देखो जी पनीर का पीस, सो पनीर मेरे ख्याल ना फ्राई किया हो, ये उत्ते जी ग्रेवी है वो ना स्पैशल दसाया गया कि ये धनिया का जो फ्लेवर आ जो कि मेरा प्रिय मित्र धनिया वह फ्लेवर आएगा एंड प्रेजेंटेशन तो कमाल आ। सो आ देखो जी इन एक होर पीस लै रहा, सो नाल लिज्जत पापड़ देख सकते हो, ग्रेवी देख सकते हो, तुहानू देखो कि थोड़े ये मेरे ख्याल चिली वगैरह पाई आ देखो, तो पनीर नू फ्राई किया है आलमोस्ट, तो क्या बात है जी प्रेजेंटेशन लाजवाब, ब्रैड बास्केट विच लच्छा परौंठा मिक्स रोटी फिर बटर नान प्लेन रोटी ऑलराउंड सब कुछ हैगा एंड असी लै रहे जी इतों की आ लच्छा परौंठा, चैक करो यार लच्छा परौंठा क्या बात है क्या ले रहे हैं ये एंड जी इधर देखो जी इन्हों का बटर नान आ देखो जी। सो जी इधर पिछे चल रही है फोटोग्राफी, भाजी फोटोग्राफी तो मेन चाहिए तो ना मतलब अजक रिवाज हो गया जिथे भी असं जाने जिथे भी असं खाने थोड़ा बहुत होंगे कि नाल फोटो खिचा लिए, अल्टीमेट लबाबदार जोड़ी ग्रेवी है लबाबदार सही ना है प्यार ते जायका दोनों नाल भरपूर लबाबदार, मटन केसर कली केसर ये जो सैफरन केसर यूज किया गया बहुत उदा कलर भी दिस रहा है टेस्ट भी उदा टेस्ट आएगा उमदा उमदा जाएगा बहुत बढ़िया टेस्ट, तो भाजी एक टेस्ट करो जो अपने व्यूवर्स ने दसो कि टेस्ट है क्योंकि मैंने पता ऑलराउंड इतने आने रहने हो पर फिर भी एक बार टेस्ट करके दसो खा के पता लगेगा सर अल्टीमेट बहुत जबरदस्त, ऐसा की है मतलब मसाले नहीं ये कोई जड़ी है स्पाइसी आइटम नहीं है ये है थोड़ी क्रीमी तो देसी घ्यो एक बहुत सटल पिछे जरा एक वधिया टेस्ट आ रहा है तो केसर मसालेदार चीज़ नहीं है क्रीमी मतलब केसर का टेस्ट बहुत वधिया, इधर थोड़ी दाल असी लै ली है तो प्लस उपर असी थोड़ा जहा देखो प्याज रख दिता साड़ी बिल्डिंग रेडी हैगी, गर्मा गर्म दाल ते विच का जो क्रीमीनेस दा फ्लेवर आ रहा विच पनीर दानीवाल असी टेस्ट करन जाने हैं, ते दानीवाल तो कुछ तुहानू याद आ रहा दानीवाल एक पिंड भी हैगा वैसे, सो धनिया दा फ्लेवर भाजी कहिंदे वे सी आऊगा ते पनीर जिहड़ा फ्राइड किया होया ते बाकी टेस्ट करदे आ, सो जो पनीर है ना उहदी सोमनेस एकदम लाजवाब ते प्लस जो धनिया दा फ्लेवर आ रहा इहदे विच उभर उभर के आ रहा प्लस जो फूड हैगा बिल्कुल जिदा ना कहें मात्रा में बिल्कुल माइल्ड टेस्ट आ क्योंकि जे असी जिदा कहने ना
स्टार्टर जिन्ना मर्जी चटपटा हो पर मेन कोर्स चटपटा नहीं होना चाहिए क्योंकि वो असी पेट भरन वास्ते कर रहे हैं वो असी टेस्ट वास्ते नहीं कर रहे और बिल्कुल उदा का उमदा टेस्ट है यदा। मैं सर 2010 तो काम कर। अच्छा यस सर, इतने पहले मैं रेडिसन होटल में था। रेडिसन होटल क्या बात है। जलंधर जी कपूरथला हवेली में भी काम किया मैं। इस पर सर जैसे पनीर धानीवाल इसका नाम है तो ये व्हाइट ग्रेवी और इसमें हम टमाटर अपना पालक चॉप करके डालते हैं और साबुत धनिया का इसमें तड़का मारते हैं। सो हुन लास्ट विच इन्हों जो स्वीट डिश असीं ट्राई करन जा रहे हैं जी आ देखो जी केसर रस मलाई। सो जी केसर पिया होया ते नाल प्लस रस मलाई का असीं हुन टेस्ट करते हैं जी। आ देखो बड़े आराम दे नाल टुट गई। मैं क्या जी क्या मतलब ये फ्लेवर है गे ने ते क्या ये मतलब जो सॉफ्टनेस हैगी ते प्लस जो ये केसर का फ्लेवर एंड है यार। और बाकी छोटी जी वीडियो वधिया लगी हुई मैं क्योंकि छोटी है ज़्यादा वड्डी नहीं ये असी इंटरव्यू ज़्यादा कुछ नहीं तुहानू अपना एक्सपीरियंस शेयर किया होटल का जिहदे विच असी आए हाँ ते इन्हां दा फूड टेस्ट किया है। तो दोस्तों जे इस होटल का तुम रूम टूर करना चाहते तो इस वीडियो तो 1000 लाइक्स कर दो ताकि मैं जल्दी वीडियो तुहाडे वास्ते रूम टूर वाली लैके आ सकता। तो जो छोटी जी वीडियो वधिया लगी हुई लाइक शेयर कमेंट कर दिओ चैनल जरूर सबसक्राइब कर दिओ एंड इदा दी तुहाडे वास्ते वधिया वधिया वीडियो लैके आते रहेंगे। सो मिलते हैं अगली वीडियो में सारा नूं प्यार भरी सत श्री अकाल। नमस्कार जी, मेरा नाम यशवंत है, मैं इस होटल का जनरल मैनेजर हूँ और ये होटल बेस्ट वेस्टर्न समरली बीएसएफ चौक में लोकेटेड है, खालसा कॉलेज के बिल्कुल साथ और सरोवर के अड़जौरी। और इस होटल में हमारे पास 42 वेल फर्निश्ड रूम हैं आपके लिए जिसमें 3 स्पेशल स्वीट्स हैं बहुत बड़े वाले। नेक्स्ट जब इनका विजिट होगा तो वो रूम भी आपको डेफिनेटली हम लोग दिखाएंगे। प्लस यहाँ का खाना भाई साहब आपको बेटर बता सकते हैं कि कैसा था, आप लोग भी आएँ और ट्राई करें। हमारे पास एक रेस्टोरेंट है, बार है, बैंक्वेट्स हैं, 4 किटी हॉल्स हैं, प्लस हमारे पास 40 रूम्स मैं आपको बता चुका हूँ। तो आप इस होटल को विज़िट करिए और बी माई गेस्ट और होटल्स का देखिए आप आके कि क्या कैसा है।